ਭਾਰਤ ਕੈਨੇਡਾ ਤਨਾ OCI ਐਪਲੀਕੇਸ਼ਨ ਸੇਵਾਵਾਂ 'ਤੇ ਕੋਈ ਪ੍ਰਭਾਵ ਨਹੀਂ ਭਾਰਤ ਨੇ ਹਾਲ ਹੀ ਵਿੱਚ ਕੈਨੇਡੀਅਨ ਨਾਗਰਿਕਾਂ ਦੇ ਲਈ ਵੀਜ਼ਾ ਸੇਵਾਵਾਂ ਨੂੰ ਅਸਥਾਈ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ ਚੰਗੀ ਗੱਲ ਇਹ ਹੈ ਕਿ ਭਾਰਤ ਦੇ ਨਵੇਂ ਓਵਰਸੀਜ਼ ਸਿਟੀਜ਼ਨ ਜਾਂ OCI ਨੂੰ ਜਾਰੀ ਕਰਨ ਦੇ ਲਈ ਅਰਜ਼ੀਆਂ 'ਤੇ ਕੋਈ ਅਸਰ ਨਹੀਂ ਪਿਆ ਹੈ ਹਾਲਾਂਕਿ ਇਸ ਬਾਰੇ ਉਲਝਣ ਸੀ ਕਿ ਹਾਲ ਹੀ ਵਿੱਚ ਭਾਰਤੀ ਪਾਸਪੋਰਟ ਬਿਨਾਂ ਕੈਨੇਡੀਅਨ ਨਾਗਰਿਕ ਅਤੇ ਭਾਰਤੀ ਮੂਲ ਦੇ ਹੋਰ ਲੋਕ ਇੱਕ ਨਵੇਂ OCI ਕਾਰਡ ਦੇ ਲਈ ਅਰਜ਼ੀ ਦੇ ਸਕਦੇ ਹਨ ਜਾਂ ਨਹੀਂ ਇਸ ਬਾਰੇ ਇੱਕ ਸੀਨੀਅਰ ਭਾਰਤੀ ਅਧਿਕਾਰੀ ਨੇ ਕਿਹਾ ਹੈ ਕਿ ਸਸਪੈਂਸ਼ਨ ਸਿਰਫ ਵੀਜ਼ਾ ਸਿਵਾਮਾ ਲਈ ਹੈ OCI ਸਿਵਾਮਾ ਮੌਤਲੀ ਨਾਲ ਪ੍ਰਭਾਵਿਤ ਨਹੀਂ ਹੋਣਗੀਆਂ ਇੱਥੇ ਦੱਸ ਦਈਏ ਕਿ ਫਿਲਹਾਲ ਇਹ ਜਾਣਕਾਰੀ ਹਿੰਦੁਸਤਾਨ ਟਾਈਮਜ਼ ਅਖਬਾਰ ਵਿੱਚ छਪੀ ਜਾਣਕਾਰੀ ਦੇ ਆਧਾਰ ਤੇ ਸਾਹਮਣੇ ਆਈ ਹੈ ਇਹ ਮੌਤਲੀ ਬੁੱਧਵਾਰ ਰਾਤ ਨੂੰ ਕੈਨੇਡਾ ਅਤੇ ਭਾਰਤ ਦੇ ਸਬੰਧਾਂ ਵਿੱਚ ਉਤਲ-ਪੁਤਲ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਾਊਸ ਆਫ ਕਾਮਨਸ ਦੇ ਵਿੱਚ ਦਿੱਤੇ ਬਿਆਨ ਤੋਂ ਬਾਅਦ ਕੀਤੀ ਗਈ ਸੀ ਬਿਆਨ ਮੁਤਾਬਕ 18 ਜੂਨ ਨੂੰ ਖਾਲਸਥਾਨੀ ਹਰਦੀਪ ਸਿੰਘ ਨੇਜਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦਾ ਹੱਥ ਹੋਣ ਦੇ ਦੋਸ਼ ਸਨ ਇਸ ਬਿਆਨ ਮਗਰੋਂ ਨੇ ਸਬੂਤਾਂ ਦੀ ਮੰਗ ਕੀਤੀ ਸੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਿੰਦੰਗਮ ਬਾਗਜੀ ਨੇ ਪਹਿਲਾਂ ਨਵੀਂ ਦਿੱਲੀ ਵਿੱਚ ਕਿਹਾ ਸੀ ਕਿ ਕੈਨੇਡਾ ਤੋਂ ਕੋਈ ਖਾਸ ਜਾਣਕਾਰੀ ਨਹੀਂ ਮਿਲੀ ਹੈ ਲੋ ਵੱਧਦੇ ਹਨ ਅਗਲੀ ਖਬਰ ਵੱਲ ਕੈਨੇਡਾ ਰੱਖਿਆ ਮੰਤਰੀ ਨੇ ਭਾਰਤ ਨਾਲ ਰਿਸ਼ਤਿਆਂ ਨੂੰ ਦੱਸਿਆ ਮਹੱਤਵਪੂਰਨ ਇੰਡੋ-ਪੈਸੀਫਿਕ ਨੀਤੀ ਬਾਰੇ ਕਹੀ ਇਹ ਗੱਲ ਹਰਦੀਪ ਸਿੰਘ ਨੇਚਰ ਕਤਲकांड ਕਾਰਨ ਭਾਰਤ ਤੇ ਕੈਨੇਡਾ ਦੇ ਰਿਸ਼ਤੇਾਂ 'ਚ ਤਣਾਅ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਇਸ ਦੌਰਾਨ ਕੈਨੇਡਾ ਦੇ ਰੱਖਿਆ ਮੰਤਰੀ ਨੇ ਕਿਹਾ ਹੈ ਕਿ ਕਤਲਿਆਂ ਦੀ ਜਾਂਚ ਹੋਣ ਤੱਕ ਕੈਨੇਡਾ ਇੰਡੋ-ਪੈਸੀਫਿਕ ਰਣਨੀਤੀ ਵਰਗੀਆਂ ਪਾਈ ਵਾਲੀਆਂ ਨੂੰ ਜਾਰੀ ਰੱਖੇਗਾ ਦੱਸਦੀ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਲ ਹੀ ਵਿੱਚ ਭਾਰਤ ਤੇ ਦੋਸ਼ ਲਗਾਇਆ ਸੀ ਕਿ ਨੇਚਰ ਦੇ ਕਤਲ ਪਿੱਛੇ ਭਾਰਤ ਦੀਆਂ ਏਜੰਸੀਆਂ ਦਾ ਹੱਥ ਹੋ ਵਦੇਸ਼ੀ মিডিਆ ਦੀ ਰਿਪੋਰਟ ਮੁਤਾਬਿਕ ਰੱਖਿਆ ਮੰਤਰੀ ਬਿਲ ਬਲੇਅਰ ਨੇ ਐਤਵਾਰ ਨੂੰ ਪ੍ਰੈਸ ਕਾਨਫਰੰਸ ਕੀਤੀ ਇਸ ਦੌਰਾਨ ਉਹਨਾਂ ਨੇ ਭਾਰਤ ਨਾਲ ਕੈਨੇਡਾ ਦੇ ਸਬੰਧਾਂ ਨੂੰ ਅਹਿਮ ਦੱਸਿਆ ਉਹਨਾਂ ਕਿਹਾ ਹੈ ਕਿ ਜਦ ਤੱਕ ਦੋਸ਼ਾਂ ਦੀ ਜਾਂਚ ਨਹੀਂ ਹੋ ਜਾਂਦੀ ਕੈਨੇਡਾ ਉਹਨਾਂ ਭਾਈਵਾਲੀ ਨੂੰ ਜਾਰੀ ਰੱਖੇਗਾ ਬਲੇਅਰ ਨੇ ਕਿਹਾ ਹੈ ਕਿ ਕੈਨੇਡਾ ਦੇ ਲਈ ਇੰਡੋ-ਪੈਸੀਫਿਕ ਰਣਨੀਤੀ ਮਹੱਤਵਪੂਰਨ ਹੈ ਇਸ ਕਾਰਨ ਇਲਾਕੇ ਵਿੱਚ ਫੌਜੀ ਮੌਜੂਦਗੀ ਵਧ ਗਈ ਹੈ ਲੋਕਾਂ ਦੇ ਹਾਂ ਅਗਲੀ ਖਬਰ ਵਾਲਾ ਭਾਰਤ ਕੈਨੇਡਾ ਵਿਵਾਦ ਦੇ ਵਿਰੋਧੀ ਧਿਰ ਦੇ ਨੇਤਾ ਐਂਡਰਿਓ ਸ਼ੀਅਰ ਨੇ ਪੀਐਮ ਟਰੂਡੋ ਤੇ ਸਾਧਿਆ ਨਿਸ਼ਾਨਾ ਜਸਟਿਨ ਟਰੂਡੋ ਦੇ ਖਾਲਸਤਾਨੀ ਅਤਵਾਦੀ ਗਰੁੱਪ ਦੇ ਨੇਤਾ ਹਰਦੀਪ ਸਿੰਘ ਨਿਚਰ ਦੀ ਹੱਤਿਆ ਪਿੱਛੇ ਭਾਰਤੀ ਏਜੰਟਾਂ ਦਾ ਹੱਥ ਹੋਣ ਦੇ ਦਾਅਵਿਆਂ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਕੂਟਨੀਤਿਕ ਸਬੰਧ ਸਭ ਤੋਂ ਹਿਟਲੇ ਪੱਧਰ ਤੇ ਪਹੁੰਚ ਗਏ ਹਨ ਇਸ ਵਿਵਾਦ ਦਰਮਿਆਨ ਵਿਰੋਧੀ ਪਾਰਟੀ ਦੇ ਨੇਤਾ ਐਂਡਰਿਓ ਸ਼ੀਅਰ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਕੈਨੇਡੀਅਨ ਸੰਸਦ ਵਿੱਚ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਵਿੱਚ ਉਹ ਪੀਐਮ ਟਰੂਡੋ ਨੂੰ ਨਿਸ਼ਾਨ ਦੇ ਕੋਲ ਭਾਰਤ ਖਿਲਾਫ ਆਪਣੀ ਸਾਜ਼ਿਸ਼ ਦਾ ਕੋਈ ਸਬੂਤ ਹੈ ਪ੍ਰਧਾਨ ਮੰਤਰੀ ਦੀ ਅਯੋਗਤਾ ਨੇ ਇੱਕ ਪ੍ਰਮੁੱਖ ਏਸ਼ੀਆਈ ਸ਼ਕਤੀ ਅਤੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਨਾਲ ਕੈਨੇਡਾ ਦੇ ਸਬੰਧਾਂ ਨੂੰ ਨੁਕਸਾਨ ਪਹੁੰਚਾਇਆ ਹੈ ਕੈਨੇਡਾ ਦੀ ਧਰਤੀ ਤੇ ਕਿਸੇ ਵੀ ਦੋਸ਼ੀ ਅੱਤਵਾਦੀ ਦੀ ਮੌਜੂਦਗੀ ਭਾਰਤ ਦੀ ਜ਼ਿੰਮੇਵਾਰੀ ਨਹੀਂ ਹੈ ਲੋਕਾਂ ਵੱਧ ਦੇਖ ਅਗਲੀ ਖਬਰ ਵਾਲਾ ਕੈਨੇਡਾ ਨਾਲ ਵਿਗੜਦੇ ਸਬੰਧਾਂ ਵਿਚਾਲੇ ਭਾਰਤ ਐਕਸ਼ਨ ਮੋਡ ਵਿੱਚ ਖਾਲਸਤਾਨੀਆਂ ਦੇ ਰੱਦ ਹੋਣਗੇ ওসিਆਈ ਕਾਰਡ ਖਾਲਸਤਾਨੀ ਅਤਵਾਦੀ ਹਰਦੀਪ ਸਿੰਘ ਨਿਜਰ ਦੇ ਕਤਲ ਦੇ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਬਾਅਦ ਕੈਨੇਡਾ ਦੇ ਪੀਐਮ ਬੈਕਫੁੱਟ ਤੇ ਹਨ ਭਾਰਤ ਨਾਲ ਇਸ ਦੇ ਸਬੰਧ ਹੁਣ ਤੱਕ ਦੇ ਸਭ ਤੋਂ ਨਾਜ਼ੁਕ ਮੋੜ ਤੇ ਹਨ ਇਲਜ਼ਾਮ ਲਗਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਜੇ ਤੱਕ ਸਬੂਤ ਵੀ ਨਹੀਂ ਦਿਖਾਏ ਹਨ ਅਜਿਹੇ ਵਿੱਚ ਉਹਨਾਂ ਦੇ ਦਾਅਵਿਆਂ ਨੂੰ ਝੂਠਾ ਦੱਸਿਆ ਜਾ ਰਿਹਾ ਹੈ ਇਸ ਦੌਰਾਨ ਭਾਰਤ ਇੱਕ ਹੋਰ ਵੱਡੀ ਕਾਰਵਾਈ ਦੀ ਤਿਆਰੀ ਕਰ ਰਿਹਾ ਹੈ ਕੈਨੇਡੀਅਨਾਂ ਦੇ ਲੇ ਵੀਜ਼ਾ ਸਿਬਾਮਾ ਰੱਦ ਕਰਨ ਤੋਂ ਬਾਅਦ ਭਾਰਤ ਹੁਣ ਖਾਲਸਤਾਨੀ ਅੱਤਵਾਦੀਆਂ ਖਿਲਾਫ ਸਖਤ ਕਾਰਵਾਈ ਕਰ ਰਿਹਾ ਹੈ ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਹੁਣ ਕੈਨੇਡਾ ਯੂਕੇ ਅਤੇ ਅਮਰੀਕਾ ਦੇ ਖਾਲਸਤਾਨੀਆਂ ਦੇ ওসিਆਈ ਕਾਰਡ ਰੱਦ ਕਰੇਗਾ ਜੋ ਵਿਦੇਸ਼ਾਂ ਵਿੱਚ ਰਹਿ ਕੇ ਭਾਰਤ ਦੇ ਵਿਰੋਧੀ ਮੁਹਿੰਮ ਚਲਾ ਰਹੇ ਹਨ ਅਤੇ ਭਾਰਤੀ ਸੰਸਥਾਵਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ ਵਿਦੇਸ਼ਾਂ ਵਿੱਚ ਭਾਰਤੀ ਸੰਸਥਾਵਾਂ ਕੌਂਸਲੇਟਾਂ ਤੇ ਦੂਤਾ ਘਰਾਂ ਦੇ ਹਮਲਿਆਂ ਤੋਂ ਬਾਅਦ ਭਾਰਤ ਪ੍ਰਦਰਸ਼ਨਕਾਰੀਆਂ ਦੇ ਪਾਸਪੋਰਟ ਰੱਦ ਕਰ ਸਕਦਾ ਹੈ ਉਹਨਾਂ ਦਾ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਕਾਰਡ ਵੀ ਰੱਦ ਹੋ ਸਕਦਾ ਹੈ ਨਵਾਂ ਅੱਜ ਦੀ ਖਬਰ ਵਾਲਾ ਬਾਈਡਨ ਪ੍ਰਸ਼ਾਸਨ ਇਜ਼ਰਾਈਲੀ ਨਾਗਰਿਕਾਂ ਨੂੰ ਬਿਨਾ ਵੀਜ਼ੇ ਦੇ ਅਮਰੀਕਾ ਦੀ ਯਾਤਰਾ ਕਰਨ ਦਾ ਦੇਵੇਗਾ ਇਜਾਜ਼ਤ ਬਾਈਡਨ ਪ੍ਰਸ਼ਾਸਨ ਇਸ ਹਫਤੇ ਇਜ਼ਰਾਈਲ ਨੂੰ ਇੱਕ ਵਿਸ਼ੇਸ਼ ਕਲੱਬ ਵਿੱਚ ਸ਼ਾਮਲ ਕਰਨ ਦੇ ਲਈ ਤਿਆਰ ਹੈ ਜਿਸ ਦੇ ਤਹਿਤ ਇਜ਼ਰਾਈਲੀ ਨਾਗਰਿਕਾਂ ਨੂੰ ਬਿਨਾ ਵੀਜ਼ੇ ਦੇ ਅਮਰੀਕਾ ਦੀ ਯਾਤਰਾ ਕਰਨ ਦੀ ਇਜਾਜ਼ਤ ਹੋਵੇਗੀ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੀਜ਼ਾ ਛੋਟ ਪ੍ਰੋਗਰਾਮ ਵਿੱਚ ਇਜ਼ਰਾਈਲ ਨੂੰ ਸ਼ਾਮਲ ਕਰਨ ਦੀ ਘੋਸ਼ਣਾ ਇਸ ਹਫਤੇ ਦੇ ਅੰਤ ਵਿੱਚ ਕਰਨ ਦੀ ਯੋਜਨਾ ਹੈ ਹੋਮਲੈਂਡ ਸਿਕਿਉਰਿਟੀ ਵਿਭਾਗ ਇਸ ਪ੍ਰੋਗਰਾਮ ਦਾ ਸੰਚਾਲਨ ਕਰਦਾ ਹੈ ਜੋ ਵਰਤਮਾਨ ਵਿੱਚ 40 ਦੇਸ਼ਾਂ ਦੇ ਨਾਗਰਿਕਾਂ ਨੂੰ ਬਿਨਾ ਵੀਜ਼ ਦੇ ਤਿੰਨ ਮਹੀਨੇ ਅਦਲੀ ਅਮਰੀਕਾ ਦੀ ਯਾਤਰਾ ਕਰਨ ਦੀ ਇਜਾਜ਼ਤ ਦਿੰਦਾ ਹੈ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਪੰਜ ਅਧਿਕਾਰੀਆਂ ਨੇ ਨਾਮ ਨਾ ਛਪੰਦੀ ਸੂਰਤ ਤੇ ਸ਼ਰਤ ਤੇ ਦੱਸਿਆ ਹੈ ਕਿ ਹੋਮ ਲੈਂਡ ਸਿਕਿਉਰਟੀ ਡਿਪਾਰਟਮੈਂਟ ਦੇ ਮੰਤਰੀ ਅਲੇਜਾਂ드로 ਮਾਇੋਰ ਕਾਸ ਇਜ਼ਰਾਈਲ ਨੂੰ ਵੀਜ਼ਾ ਛੋਟ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਦੇ ਸਬੰਧ ਵਿੱਚ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਤੋਂ ਹਰੀ ਝੰਡੀ ਮਿਲਣ ਤੋਂ ਵੀਰਵਾਰ ਨੂੰ ਇਸ ਬਾਰੇ ਐਲਾਨ ਕਰ ਸਕਦੇ ਹਨ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਬਲਿੰਕਨ ਮੰਗਲਵਾਰਤਾ ਕੇ ਇਜ਼ਰਾਈਲ ਨੂੰ ਵੀਜ਼ਾ ਛੋਟ ਪ੍ਰੋਗਰਾਮ ਵਿੱਚ ਸ਼ਾਮਲ ਤਦ ਇਹ ਸੇ ਫਾਰਿਸ਼ ਕਰ ਸਕਦੇ ਹਨ ਨਵਾਂ ਅੱਜ ਦੀ ਖ਼ਬਰ ਵਾਲਾ ਅਮਰੀਕਾ ਬਾਈਡਨ ਦੀ ਘਟੀ ਲੋਕਪ੍ਰਿਤਾ ਚੋਣਾਂ ਤੋਂ ਪਹਿਲਾਂ ਦੇ ਸਰਵੇਖਣ ਵਿੱਚ 트ੰਪ ਤੋਂ 10 ਅੰਕ ਪਿੱਛੇ ਅਮਰੀਕਾ ਵਿੱਚ ਮੀਡੀਆ ਸੰਗਠਨਾਂ ਦੇ ਨਵੇਂ ਪ੍ਰੀ ਚੋਣ ਸਰਵੇਖਣਾਂ ਅਨੁਸਾਰ 2024 ਵਿੱਚ ਹੋਣ ਵਾਲੀਆਂ ਆਮ ਚੋਣਾਂ ਵਿੱਚ ਪ੍ਰਸਿੱਧੀ ਦੇ ਮਾਮਲੇ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਤੋਂ ਪਿੱਛੇ ਹਨ ਇਹ ਦਾਵਾ ਵਾਸ਼ਿੰਗਟਨ ਪੋਸਟ ਅਤੇ ABC ਨਿਊਜ਼ ਦੇ ਸਰਵੇਖਣਾਂ ਦੇ ਨਤੀਜਿਆਂ ਵਿੱਚ ਕੀਤਾ ਗਿਆ ਸਰਵੇਖਣ ਮੁਤਾਬਕ 트ੰਪ ਨੂੰ 51 ਅੰਕ ਅਤੇ ਬਾਈਡਨ ਨੂੰ 42 ਅੰਕ ਮਿਲੇ ਹਨ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਉਮੀਦਵਾਰ ਬਨਣ ਦੇ ਦਾਅਵੇਦਾਰਾਂ ਵਿੱਚ 트럼ਪ ਆਪਣੇ ਵਿਰੋਧੀਆਂ ਤੋਂ ਕਾਫੀ ਅੱਗੇ ਹਨ ਰਿਪਬਲਿਕਨ ਪਾਰਟੀ ਦੀ ਨਾਮਜ਼ਦਗੀ ਦੀ ਪ੍ਰਕਿਰਿਆ ਅਧਿਕਾਰਿਤ ਤੌਰ ਤੇ ਜਨਵਰੀ ਵਿੱਚ ਨਿਊ ਹੈਪਸ਼ਾਇਰ ਪ੍ਰਾਈਮਰੀ ਅਤੇ ਆਇਓਵਾ ਕੌਕਸ ਦੇ ਨਾਲ ਸ਼ੁਰੂ ਹੁੰਦੀ ਹੈ ਰਿਪਬਲਿਕਨ ਉਮੀਦਵਾਰ ਬਨਣ ਦੇ ਹੋਰ ਦਾਅਵੇਦਾਰਾਂ ਵਿੱਚ ਦੱਖਣੀ ਕੈਰੋਲਿਨਾ ਦੀ ਸਾਬਕਾ ਗਵਰਨਰ ਨਿੱਕੀ ਹੈਲੀ ਅਤੇ ਉਦਯੋਗਪਤੀ ਵਿਵੇਕ ਰਾਮਾ ਸੁਆਮੀ ਦੀ ਪ੍ਰਸਿੱਧੀ ਹਾਲ ਹੀ ਦੇ ਹਫ਼ਤਿਆਂ ਵਿੱਚ ਵਧੀ ਹੈ ਇਸ ਦੇ ਬਾਵਜੂਦ 트럼ਪ ਉਹਨਾਂ ਤੋਂ ਕਾਫੀ ਅੱਗੇ ਹਨ ਅਤੇ ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਉਹਨਾਂ ਦੇ ਪਾਰਟੀ ਦਾ ਉਮੀਦ ਉਮੀਦਵਾਰ ਬਣਨ ਦੀ ਪੂਰੀ ਸੰਭਾਵਨਾ ਹੈ ਲੋਕਾਂ ਦੇ ਹੈਖ ਵਾਲੇ ਨੀਚਰ ਦੇ ਕਤਲ ਮਗਰੋਂ FBI ਨੇ ਅਮਰੀਕਾ ਨੂੰ ਸਿੱਖਾਂ ਨੂੰ ਕੀਤਾ ਸੀ ਅਲਰਟ ਦੱਸਿਆ ਸੀ ਜਾਨ ਨੂੰ ਖਤਰਾ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਗੁਰਦੁਆਰੇ ਦੇ ਬਾਹਰ ਖਾਲਿਸਤਾਨੀ ਆਤਵਾਦੀ ਹਰਦੀਪ ਸਿੰਘ ਨੀਚਰ ਦਾ ਗੋਲੀ ਮਾਰ ਕੇ ਕਤਲ ਤੋਂ ਬਾਅਦ ਸੰਘੀ ਜਾਂਚ ਬਿਊਰੋ ਦੇ ਏਜੰਟਾਂ ਨੇ ਕਈ ਸਿੱਖ ਨੇ ਤਾਮਾ ਨਾਲ ਮੁਲਾਕਾਤ ਕਰ ਉਹਨਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ ਅਮਰੀਕੀ ਸਿੱਖ ਕੋਕਸ ਕਮੇਟੀ ਦੇ ਕਨਵੀਨਰ ਅਤੇ ਇੱਕ ਸਿਆਸੀ ਕਾਰਕੁਨ ਪ੍ਰਿਤਪਾਲ ਸਿੰਘ ਨੇ ਦਾ ਇੰਟਰਸੈਪਟ ਨੂੰ ਦੱਸਿਆ ਹੈ ਕਿ ਨੀਚਰ ਦੇ ਕਤਲ ਤੋਂ ਬਾਅਦ ਉਹਨਾਂ ਨੂੰ ਅਤੇ ਕੈਲੀਫੋਰਨੀਆ ਵਿੱਚ ਦੋ ਹੋਰ ਸਿੱਖ ਅਮਰੀਕੀਆਂ ਨੂੰ FBI ਤੋਂ ਕਾਲ ਆਈ ਸੀ ਅਤੇ FBI ਦੇ ਏਜੰਟਾਂ ਨੇ ਉਹਨਾਂ ਨਾਲ ਮੁਲਾਕਾਤ ਵੀ ਕੀਤੀ ਸੀ ਕੈਲੀਫੋਰਨੀਆ ਸਥਿਤ ਗੈਰ ਲਾਭਕਾਰੀ ਸੰਗਠਨ ਨ ਇਨਸਾਫ ਦੇ ਸਹਿ ਨਿਰਦੇਸ਼ਕ ਸੁਖਮਨ ਤਾਮੀਨੇ ਦੱਸਿਆ ਹੈ ਕਿ ਪੂਰੇ ਅਮਰੀਕਾ ਵਿੱਚ ਸਿੱਖਾਂ ਨੂੰ ਸੰਭਾਵੀ ਖਤਰਿਆਂ ਬਾਰੇ ਪੁਲਿਸ ਦੀ ਚੇਤਾਵਨੀ ਮਿਲੀ ਹੈ ਇਸ ਮਗਰੋਂ ਦੋਮਾ ਦੇਸ਼ਾਂ ਨੇ ਸੀਨੀਅਰ ਡਿਪਲੋਮੇਟਾਂ ਨੂੰ ਦੇਸ਼ ਨਿਕਾਲਾ ਦੇਣ ਦਾ ਐਲਾਨ ਕੀਤਾ ਅਤੇ ਯਾਤਰਾ ਸਲਾਹ ਜਾਰੀ ਕੀਤੀ ਸੀ ਲੋਕਾਂ ਤੇ ਹਗਲੀ ਖਬਰ ਵਾਲੇ 7 ਸਾਲ ਬਾਅਦ ਧਰਤੀ ਤੇ ਉਤਰਿਆ NASA ਦਾ ਸਪੇਸ ਕੈਪਸੂਲ ਖੋਲੇਗਾ ਸੂਰਜ ਤੇ ਹੋਰ ਗ੍ਰਹਿਾਂ ਦੇ ਡੂੰਗੇ ਰਾਜ਼ ਅਮਰੀਕੀ ਪੁਲਾੜ ਏਜੰਸੀ NASA ਦਾ ਪਹਿਲਾ ਸਪੇਸ ਕੈਪਸੂਲ ਪੁਲਾੜ ਤੋਂ ਗ੍ਰਹਿਾਂ ਦੇ ਸੈਂਪਲ ਲੈ ਕੇ ਧਰਤੀ ਤੇ ਪਹੁੰਚ ਗਿਆ ਹੈ ਇਸਨੇ 7 ਸਾਲ ਦਾ ਸਫ਼ਰ ਪੂਰਾ ਕੀਤਾ ਤੇ ਅੰਤਵਾਰ ਨੂੰ ਅਮਰੀਕਾ ਦੇ ਓਟਾ ਰੇਗਿਸਤਾਨ ਵਿੱਚ ਉਤਰਿਆ ਇਸ ਨੂੰ ਪੈਰਾਸ਼ੂਟ ਰਾਹੀਂ ਹੇਠਾਂ ਲਿਆਂਦਾ ਗਿਆ ਹੈ ਇਸ ਪੁਲਾੜ ਮਿਸ਼ਨ ਰਾਹੀਂ ਇਕੱਠਾ ਕੀਤਾ ਗਿਆ ਡਾਟਾ ਵਿਗਿਆਨੀਆਂ ਨੂੰ ਭਵਿੱਖ ਵਿੱਚ ਕਿਸੇ ਵੀ ਐਸਟਰੋਇਡ ਡਿਫਲੈਕਸ਼ਨ ਦੇ ਯਤਨਾਂ ਵਿੱਚ ਮਦਦ ਕਰੇਗਾ NASA ਨੇ ਇਸ ਸਬਮਿਸ਼ਨ ਨੂੰ 8 ਸਤੰਬਰ 216 ਨੂੰ ਲਾਂਚ ਕੀਤਾ ਸੀ ਤੇ ਇਸ ਨੂੰ O S I R I S R E X ਦਾ ਨਾਮ ਦਿੱਤਾ ਸੀ ਉੱਥੇ ਹੀ NASA ਦਾ ਪੁਲਾੜ ਯਾਨ 3 ਦਸੰਬਰ 218 ਨੂੰ ਬੇਨੂ ਨਾਮਕ ਗ੍ਰਹਿ ਤੇ ਪਹੁੰਚਿਆ ਜਿਸ ਤੋਂ ਬਾਅਦ ਇਸ ਨੇ 2 ਸਾਲਾਂ ਤੱਕ ਉੱਥੋਂ ਦੇ ਮਾਹੌਲ ਦਾ ਮੁਲਾਂਕਣ ਕੀਤਾ ਉਸ ਤੋਂ ਬਾਅਦ 20 ਅਕਤੂਬਰ 220 ਨੂੰ ਪੁਲਾੜ ਯਾਨ ਬੇਨੂ ਦੇ ਬਹੁਤ ਨੇੜੇ ਪਹੁੰਚਿਆ ਤੇ ਵੈਕਿਊਮ ਸਟਿਕ ਨਾਲ ਨਮੂਨੇ ਇਕੱਠੇ ਕੀਤੇ ਹੁਣ ਉਸ ਦਾ ਅਗਲਾ ਕੰਮ ਧਰਤੀ ਦੇ ਲਈ ਰਵਾਨਾ ਹੋਣਾ ਸੀ ਪੁਲਾੜ ਯਾਨ ਦੀ ਪੋਪੂਲੇਸ਼ਨ ਪ੍ਰਣਾਲੀ 10 ਮਈ 21 ਨੂੰ ਚਲਾਈ ਗਈ ਸੀ ਅਤੇ ਪੁਲਾੜ ਯਾਨ ਨੇ ਆਪਣੀ ਅੰਤਿਮ ਨਜ਼ਲਵਾਲ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਲੋ ਬਾਤਾਂ ਅਗਲੀ ਖਬਰ ਵੱਲ ਡਾਕਟਰਾਂ ਦਾ ਕਮਾਲ ਦੂਜੀ ਵਾਰ ਇਨਸਾਨ ਦੇ ਸਰੀਰ ਵਿੱਚ ਟ੍ਰਾਂਸਪਲਾਂਟ ਕੀਤਾ ਸੂਰ ਦਾ ਦਿਲ ਅਮਰੀਕਾ ਵਿੱਚ ਡਾਕਟਰਾਂ ਨੇ ਇੱਕ ਵੱਡਾ ਕਾਰਨਾਮਾ ਕੀਤਾ ਹੈ ਇਸ ਹਫਤੇ ਇੱਕ 58 ਸਾਲਾ ਵਿਅਕਤੀ ਦਾ ਸਫਲ ਹਾਰਟ ਟ੍ਰਾਂਸਪਲਾਂਟ ਕੀਤਾ ਗਿਆ ਇਸ ਹਾਰਟ ਟ੍ਰਾਂਸਪਲਾਂਟ ਵਿੱਚ ਸੂਰ ਦਾ ਦਿਲ ਮੌਤ ਦੇ ਕਰੇਪ ਪੁੱਜੇ ਵਿਅਕਤੀ ਦੇ ਸਰੀਰ ਵਿੱਚ ਟ੍ਰਾਂਸਪਲਾਂਟ ਕੀਤਾ ਗਿਆ ਦੁਨੀਆ ਵਿੱਚ ਇਹ ਦੂਜੀ ਵਾਰ ਹੈ ਜਦੋਂ ਸੂਰ ਦਾ ਅੰਗ ਕਿਸੇ ਮਨੁੱਖੀ ਸਰੀਰ ਵਿੱਚ ਲਗਾਇਆ ਗਿਆ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਮੈਡੀਕਲ ਖੇਤਰ ਵਿੱਚ ਇੱਕ ਨਵਾਂ ਮੀਲ ਪੱਥਰ ਸਾਬਤ ਹੋਵੇਗਾ ਵਰਤਮਾਨ ਵਿੱਚ 1 ਲੱਖ ਤੋਂ ਵੱਧ ਅਮਰੀਕੀ ਅੰਗ ਟ੍ਰਾਂਸਪਲੈਂਟ ਦੇ ਲਈ ਉਡੀਕ ਸੂਚੀ ਵਿੱਚ ਹਨ ਆਪਰੇਸ਼ਨ ਤੋਂ ਪਹਿਲਾਂ ਮੈਰੀਲੈਂਡ ਯੂਨੀਵਰਸਿਟੀ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਦੋਵੇਂ ਹਾਰਟ ਟ੍ਰਾਂਸਪਲੈਂਟ ਯੂਨੀਵਰਸਿਟੀ ਆਫ ਮੈਰੀਲੈਂਡ ਸਕੂਲ ਆਫ ਮੈਡੀਸਨ ਦੇ ਮਾਹਿਰਾਂ ਦੁਆਰਾ ਕੀਤੇ ਗਏ ਯੂਨੀਵਰਸਿਟੀ ਨੇ ਅੱਗੇ ਕਿਹਾ ਹੈ ਕਿ ਪਹਿਲੇ ਮਰੀਜ਼ ਦੀ ਪਿਛਲੇ ਸਾਲ ਟ੍ਰਾਂਸਪਲੈਂਟ ਤੋਂ 2 ਮਹੀਨਿਆਂ ਬਾਅਦ ਉਸ ਦੀ ਖਰਾਬ ਸਿਹਤ ਦੀ ਸਥਿਤੀ ਸਮੇਤ ਕਈ ਕਾਰਨਾਂ ਕਰਕੇ ਮੌਤ ਹੋ ਗਈ ਹੁਣ ਇਹ ਨਵਾਂ ਆਪਰੇਸ਼ਨ ਬੁੱਧਵਾਰ ਨੂੰ ਹੋਇਆ ਜਿਸ ਵਿੱਚ ਮਰੀਜ਼ ਲਾਰੈਂਸ ਫੌਸੈਟ ਪਹਿਲਾਂ ਤੋਂ ਮੌਜੂਦ ਨਾੜੀ ਰੋਗ ਅਤੇ ਅੰਦਰੂਨੀ ਨੇ ਖੂਨ ਬਹਿਨ ਵਰਗੀਆਂ ਪੇ ਚੀਦਗੀਆਂ ਕਾਰਨਦਾਨ ਕੀਤੇ ਗਏ ਮਨੁੱਖੀ ਦਿਲ ਦੇ ਲਈ ਅਯੋਗ ਸੀ ਦੋ ਬੱਚਿਆਂ ਦਾ ਪਿਤਾ ਫੌਸਟ ਹਾਰਟ ਫਲੇਅਰ ਤੋਂ ਪੀੜਤ ਸੀ ਲੋ ਬਤ ਹੈ ਅਗਲੀ ਖਬਰ ਵੱਲ ਆਸਟ੍ਰੇਲੀਆ ਨੇ UN SSC ਦੇ ਸਥਾਈ ਮੈਂਬਰ ਬਜੋਂ ਭਾਰਤ ਦਾ ਕੀਤਾ ਸਮਰਥਨ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸੁਧਾਰਾਂ ਦੀ ਮੰਗ ਕਰਦੇ ਹੋਏ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਭਾਰਤ ਅਤੇ ਜਾਪਾਨ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰ ਬਣਾਉਣ ਦਾ ਸਮਰਥਨ ਕੀਤਾ ਹੈ ਸੰਯੁਕਤ ਰਾਸ਼ਟਰ ਮਹਾਸਭਾ ਦੇ 78ਵੇਂ ਸੈਸ਼ਨ ਨੂੰ ਆਪਣੇ ਸਮੋਦਨ ਦੌਰਾਨ ਵੋਂਗ ਨੇ ਅਫਰੀਕਾ ਲਾਤੀਨੀ ਅਮਰੀਕਾ ਅਤੇ ਏਸ਼ੀਆ ਦੇ ਲਈ ਵਧੇਰੇ ਸਥਾਈ ਅਤੇ ਗੈਰ ਸਥਾਈ ਪ੍ਰਤੀਨਿਧਤਾ ਲਈ ਜ਼ੋਰ ਦਿੱਤਾ ਪੈਨੀ ਵੋਂਗ ਨੇ ਕਨ ਯੂਨियन ਦੀ ਅਗਵਾਈ ਵਾਲੇ ਮਿਸ਼ਨਾਂ ਦੇ ਤਹਿਤ ਯੂਨ ਐਸਸੀ ਵਿੱਚ ਯੋਗਦਾਨ ਪਾਉਣ ਲਈ ਸੁਰੱਖਿਆ ਕੌਂਸਲ ਸੁਧਾਰਾਂ ਨੂੰ ਜ਼ਰੂਰੀ ਦੱਸਿਆ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਆਸਟ੍ਰੇਲੀਆ ਸ਼ਾਂਤੀ ਅਤੇ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਕਾਰਨ 2129 30 ਲਈ ਸੁਰੱਖਿਆ ਪ੍ਰੀਸ਼ਦ ਵਿੱਚ ਸੀਟ ਚਾਹੁੰਦਾ ਹੈ ਅਤੇ ਇਸੇ ਲਈ ਅਸੀਂ ਸੁਰੱਖਿਆ ਪ੍ਰੀਸ਼ਦ ਵਿੱਚ ਸੁਧਾਰਾਂ ਦੀ ਪਿਆਰ ਵੀ ਕਰ ਰਹੇ ਹਾਂ ਸਾਨੂੰ ਭਾਰਤ ਅਤੇ ਜਾਪਾਨ ਦੇ ਲਈ ਸਥਾਈ ਸੀਟਾਂ ਸਮੇਤ ਅਫਰੀਕਾ ਲਾਤੀਨੀ ਅਮਰੀਕਾ ਏਸ਼ੀਆ ਲਈ ਵਧੇਰੇ ਸਥਾਈ ਅਤੇ ਗੈਰ ਸਥਾਈ ਪ੍ਰਤੀਨਿਧਤਾ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ Yeah.